मासी के लड़के ने मेरे जी तो इन्होंने गड्डी डिगी सी नहर में इधर बोर तो आ रहे थे। हाँ जी तो आर्मी च लगे फौज कल जाना सी दो दिन की रह गई सी छुट्टी इन्हों की ये फौज च लगे हुए थे वीरे कल उन्होंने जाना सी ड्यूटी सी ये बोर तो आ रहे थे मलोट गए थे तो उधरों की रोंग साइड तो गड्डी गिर गई इन्हों की। हाँ जी हाँ जी कॉल करी सी एम्बूलेंस वाले नूं ते गड्डी लेट आई सी काफ़ी एक घंटा घट्टो घट लेट आई सी नहीं तो जान बच सकती सी। एम्बूलेंस वाले नूं फोन किया सी पर उन्होंने बहुत ज़्यादा लेट आए ने एक घंटा लेट आए ने जो टाइम पर आ जाते तो शायद जान बच सकती सी। डंगर खेड़े पुल तो जिहड़ी नहर पैंदी है उहदे विच इक कार डिगी है ते बाद पता लगा रघविंदर सिंह नां दा फौजी सी जिहड़ा गुरदासपुर नौकरी करदा सी। शक्तिमान बन गया ਬਾਈ ਕੀ ਨਾਂ ਰਜਿੰਦਰਪਾਲ ਮੇਰਾ ਜੀ ਕੀ ਗੱਲ ਹੋਈ ਹੈ ਕੌਣ ਹੈ ਕਿੱਥੋਂ ਦੇ ਹੈ ਮਾਸੇ ਦੇ ਲੜਕੇ ਨੇ ਮੇਰੇ ਜੀ ਤੇ ਇਹਨਾਂ ਦੇ ਗੱਡੀ ਡਿੱਗੀ ਸੀ ਨਹਿਰ ਵਿੱਚ ਇਧਰ ਬੋਰ ਤੋਂ ਆ ਰਹੇ ਸੀਗੇ। ਹਾਂਜੀ ਕਿੱਥੋਂ ਦੇ ਨਿਵਾਸੀ ਕੌਣ ਹੈ ਕਮਾਲ ਵਾਲੇ ਦਰਿਆਨ ਵਾਲੇ ਨੇ ਰਹਿਸ਼ ਇਹਨਾਂ ਦੀ ਫਾਜ਼ਿਲਕਾ ਹੈ ਤੇ ਆਰਮੀ 'ਚ ਲੱਗੇ ਹੋਏ ਫੌਜ ਕੱਲ੍ਹ ਨੂੰ ਜਾਣਾ ਸੀਗਾ ਦੋ ਦਿਨ ਦੀ ਰਹਿ ਗਈ ਸੀ ਛੁੱਟੀ ਇਹਨਾਂ ਦੀ ਗੱਡੀ ਕਿਰਨ ਦਾ ਪਤਾ ਨਹੀਂ ਲੱਗਿਆ ਜੀ ਨਹੀਂ ਜੀ ਗੱਡੀ ਕਿਰਨ ਦਾ ਨਹੀਂ ਪਤਾ ਲੱਗਿਆ ਜੀ ਕੋਈ ਐਂਬੂਲੈਂਸ ਨੂੰ ਕੁਛ ਨੂੰ ਕੋਈ ਸੂਚਨਾ ਕੀਤੀ ਹੋਣੀ ਹਾਂਜੀ ਕਾਲ ਕਰੀ ਸੀਗੀ ਐਂਬੂਲੈਂਸ ਵਾਲੇ ਨੂੰ ਤੇ ਗੱਡੀ ਲੇਟ ਆਈ ਸੀਗੀ ਕਾਫੀ ਇੱਕ ਘੰਟਾ ਘੱਟੋ ਘੱਟ ਲੇਟ ਆਈ ਸੀਗੀ ਨਹੀਂ ਤਾਂ ਜਾਨ ਬਚ ਸਕਦੀ ਸੀ। ਕੀ ਮੰਗ ਕਰਦੇ ਹੋ ਵੀ ਜਿਹੜੇ ਇਸ ਤਰ੍ਹਾਂ ਗੱਡੀ ਜਿਹੜੀ ਲੇਟ ਪਹੁੰਚਦੀ ਹੈ ਸਾਨੂੰ ਤਾਂ ਇਹ ਚਾਹੀਦਾ ਕਿ ਇਹਦਾ ਜੀ ਮਤਲਬ ਸਾਡੇ ਤਾਂ ਹੁਣ ਜਿਹੜੀ ਹੋਣੀ ਸੀਗੀ ਜਿਹੜਾ ਹੋ ਗਿਆ ਕਿਸੇ ਹੋਰਾਂ ਦੀ ਜਾਨ ਬਚ ਸਕੇ। ਕੀ ਨਾਮ ਬਾਈ ਜੀ मेरा नाम लखविंदर सिंह वीरे ए नहर च डिगे कौन है कितों दे ए मेरे मासी जी दा लड़का सीगा पिंड कमाल वाला रहिश इहनां दी फाइल का सीगी की नाम सीगा इहनां राजविंदर सिंह ए कितों आ रहे सी ए अबोर तो आ रहे सीगे मलोट गए सीगे यही वाया गए सीगे ते वापसी आ रहे सीगे ते उधरों दी रोंग साइड तो गड्डी गिर गई इहनां दी नहर च। हाँ जी ते सानूं पता नहीं बई किदां गिरी ए ते की बणिया फिर उहनां दा उहनां दी डैथ हो गई गी तो कोई एम्बूलेंस ने भी सूचना की थी एम्बूलेंस वाले ने फोन किया सी पर उन्होंने बहुत ज़्यादा लेट आए ने एक घंटा लेट आए ने जो टाइम पर आ जाते तो शायद जान बच सकती सी। कम कुम की करते भाई ये फौज च लगे हुए थे वीरे कल उन्होंने जाना सी ड्यूटी सी तो अपने गए सी मलोट कोई काम गए थे कल्ले। हाँ जी हाँ जी कल्ले सीगे जी रात कुछ सवा 12 बजे मेरे SHO सदर ने इंस्पैक्टर गुरविंदर सिंह
ਉਹਨਾਂ ਨੂੰ 112 ਤੋਂ ਫੋਨ ਆਇਆ ਸੀ ਵੀ ਡੰਗਰ ਖੇੜੇ ਪੁਲ ਤੋਂ ਜਿਹੜੀ ਨਹਿਰ ਪੈਂਦੀ ਹੈ ਉਹਦੇ ਵਿੱਚ ਇੱਕ ਕਾਰ ਡਿੱਗੀ ਹੈ ਜਿਹਦੇ ਵਿੱਚ ਇੱਕ ਬੰਦਾ ਵੀ ਨਾਲ ਸੀ ਬੰਦੇ ਨੂੰ ਚੱਕ ਕੇ ਹਸਪੀਟਲ ਦਾਖਲ ਕਰਾਤਾ ਇਹ ਬਾਅਦ ਪਤਾ ਲੱਗਾ ਰਕਵਿੰਦਰ ਸਿੰਘ ਨਾਂ ਦਾ ਫੌਜੀ ਸੀ ਜਿਹੜਾ ਗੁਰਦਾਸਪੁਰ ਨੌਕਰੀ ਕਰਦਾ ਸੀ ਉਹਦੀ ਅਸੀਂ ਤਫਤੀਸ਼ ਕਰ ਰਹੇ ਹਾਂ ਵੀ ਕਿਵੇਂ ਕਿੱਥੇ ਡਿੱਗਿਆ ਅਤੇ ਕਿਵੇਂ ਉੱਧਰ ਗਿਆ ਬਿਲਕੁਲ ਸੱਚ ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ ਧਨ ਦੀ ਕਮੀ ਬਿਮਾਰੀ ਤੋਂ ਪਰੇਸ਼ਾਨੀ ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।